ਲੋ ਜੀ ਖਾਣਾ ਆ ਗਿਆ। ਆਈਲੈਂਡ ਦੇ ਵਿੱਚ ਫੂਡ ਵੈਰਾਈਟੀ ਬਹੁਤ ਹੈ। ਇਹ ਇੱਕ ਰੈਸਟੋਰੈਂਟ ਹੈ, ਕੀ ਨਾਂ ਇਹਦਾ, ਚੰਗੀ ਪਤਾ ਨਹੀਂ ਕੀ ਹੈ, ਲੈ ਰਾਈਸ ਐਂਡ ਰੋਸਟਡ ਚਿਕਨ ਵਿਦ ਹੌਟ ਸੌਸ, ਇਹ ਟਰਾਈ ਕਰਾਂਗਾ। ਯਾ ਰਾਈਸ ਐਂਡ ਚਿਕਨ ਗ੍ਰੇਵੀ ਸੌਸ, ਦੋਨਾਂ ਦੇ ਵਿੱਚ ਕੋਈ ਇੱਕ ਟਰਾਈ ਕਰਾਂਗਾ। ਮੈਂ ਫਸਟ ਟਾਈਮ ਕਿਸੇ ਰੈਸਟੋਰੈਂਟ ਤੋਂ ਖਾਣਾ ਖਾ ਰਿਹਾ ਅਤੇ ਇਹ ਬੀਬੀ ਜਿਹੜੀ ਹੈ ਕਾਫੀ ਪੋਲਾਈਟ ਹੈ। ਹੁਣ ਤੱਕ ਮੈਨੂੰ ਜਿੰਨੇ ਵੀ ਥਾਈ ਲੈਂਡ ਦੇ ਲੋਕ ਮਿਲੇ ਨੇ, ਜਿਹਦਾ ਵਿੱਚ ਟੈਕਸੀ ਡਰਾਈਵਰ ਵੀ ਸੀ, ਏਅਰਪੋਰਟ 'ਤੇ ਵੀ ਕੋਈ ਜਮਲਾ ਸੀ ਅਤੇ ਇਸ ਤਰ੍ਹਾਂ ਰੈਸਟੋਰੈਂਟ 'ਤੇ ਵੀ, ਅਤੇ ਇਹ ਸਾਰੇ ਬਹੁਤ ਜਿਹੜੇ ਨਾ ਕਾਇੰਡ ਮਿਲੇ ਨੇ। ਉਹ ਮੈਨੂੰ ਫੂਡ ਇੰਟਰੋਡਿਊਸ ਕਰਵਾ ਰਹੀ ਹੈ ਅਤੇ ਮੈਂ ਉਹਨੂੰ ਆਖਿਆ ਕਿ ਮੈਂ ਪੋਰਕ ਨਹੀਂ ਖਾਂਦਾ ਅਤੇ ਉਹ ਕਹਿੰਦੀ ਕਿ ਪੋਰਕ ਵੈਸੇ ਵੀ ਸਿਹਤ ਵਾਸਤੇ ਅੱਛਾ ਨਹੀਂ ਹੁੰਦਾ, ਮੈਂ ਵੀ ਨਹੀਂ ਖਾਂਦੀ। ਅਗਰ ਮੈਂ ਕੰਪੇਅਰ ਕਰਾਂ ਇਹ ਜਪਾਨ ਦੇ ਰੈਸਟੋਰੈਂਟ ਅਤੇ ਇੱਥੋਂ ਦੇ ਰੈਸਟੋਰੈਂਟ ਦੇ ਵਿੱਚ, ਤਾਂ ਇਹ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਫਰੈਂਡਲੀ ਤਰੀਕੇ ਦੇ ਨਾਲ ਜਿਹੜਾ ਇਹ ਚੀਜ਼ਾਂ ਐਕਸਪਲੇਨ ਕਰਦੇ ਨੇ, ਉੱਚੀ ਆਵਾਜ਼ ਵੀ ਇਸਤੇਮਾਲ ਕਰਦੇ ਨੇ, ਇੰਝ ਯਾਨੀ ਕਿ ਨੈਚੁਰਲ ਲੱਗਦਾ। ਲੇਕਿਨ ਜਪਨੀਜ਼ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ, ਉਹਨਾਂ ਨੇ ਰੂਲਸ ਰੱਖੇ ਹੋਏ ਨੇ, ਉਹਨਾਂ ਨੇ ਆਪਣੇ ਰੂਲਸ ਦੇ ਹਿਸਾਬ ਨਾਲ ਹੀ ਗੱਲ ਕਰਨੀ ਹੈ, ਬਹੁਤ ਜ਼ਿਆਦਾ ਉਹਨਾਂ ਨੇ ਆਪਣੀ ਆਵਾਜ਼ ਉੱਚੀ ਨਹੀਂ ਕਰਨੀ। ਬਲਕਿ ਜਪਾਨ ਦੇ ਵਿੱਚ ਜਿਹੜੇ ਜਪਾਨ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਖਾਸ ਟਿਊਨ ਹੁੰਦੀ ਹੈ ਜਿਹਦੇ ਵਿੱਚ ਲੜਕੀਆਂ ਗੱਲ ਕਰਦੀਆਂ ਨੇ, ਉਹ ਸਾਰੀਆਂ ਇੱਕੋ ਹੀ ਟਿਊਨ 'ਚ ਗੱਲ ਕਰਦੀਆਂ ਨੇ। ਜਪਾਨ ਦੇ ਵਿੱਚ ਇੱਕ ਹੋਰ ਮਸਲਾ ਵੀ ਕਿ ਉੱਥੇ ਜਿਹੜਾ ਕਿ ਅਮਲੇ ਨੂੰ ਇੰਗਲਿਸ਼ ਨਹੀਂ ਆਉਂਦੀ, ਇਸ ਵਜ੍ਹਾ ਤੋਂ ਜਦੋਂ ਫੋਰਨਰ ਆ ਕੇ ਆਰਡਰ ਕਰਨਾ ਚਾਹੁੰਦਾ ਜਾਂ ਉਹਨੂੰ ਸਮਝ ਨਹੀਂ ਆਉਂਦੀ, ਉਹ ਕਨਫਿਊਜ਼ ਹੁੰਦਾ ਅਤੇ ਇਹਨਾਂ ਨੂੰ ਭਾਜੜ ਪੈ ਜਾਂਦੀ ਹੈ। ਹੁਣ ਇਹ ਜਿਹੜੀ ਲੇਡੀ ਹੈ ਜਿਹੜੀ, ਇਹਨੂੰ ਇੰਨੀ ਕੋਈ ਇੰਗਲਿਸ਼ ਆਉਂਦੀ ਹੈ ਜਾਂ ਮੈਨੂੰ ਵੀ ਇੰਨੀ ਕੋਈ ਇੰਗਲਿਸ਼ ਆਉਂਦੀ ਕਿ ਅਸੀਂ ਆਪਸ 'ਚ ਅੱਛਾ ਕਮਿਊਨੀਕੇਟ ਕਰ ਪਾ ਰਹੇ ਹਾਂ ਨਾ, ਅਤੇ ਇਹ ਨੋਰਮਲ ਇੰਗਲਿਸ਼ ਹੈ, ਇੰਨੀ ਕੋਈ ਮੁਸ਼ਕਲ ਇੰਗਲਿਸ਼ ਨਹੀਂ ਅਸੀਂ ਬੋਲ ਰਹੇ। ਲੇਕਿਨ ਜੈਪਨੀਜ਼ ਲੋਕ ਜਿਹੜੇ ਨੇ ਉਹਨਾਂ ਨੂੰ ਇੰਨੀ ਇੰਗਲਿਸ਼ ਵੀ ਨਹੀਂ ਆਉਂਦੀ ਕਿ ਉਹ ਆਪਣਾ ਔਡਰ ਐਕਸਪਲੇਨ ਕਰ ਸਕਣ। ਬਹਰਹਾਲ ਰੈਸਟੋਰੈਂਟ ਕਾਫੀ ਅੱਛਾ ਲੱਗਾ ਮੈਨੂੰ, ਛੋਟੀ ਜਿਹੀ ਜਗ੍ਹਾ ਦੇ ਉੱਤੇ ਇਹਨਾਂ ਨੇ ਕਾਫੀ ਅੱਛਾ ਮੇਨਟੇਨ ਕੀਤਾ ਹੋਇਆ ਅਤੇ ਸਾਫ਼ ਵੀ ਬਹੁਤ ਹੈ। ਰਾਈਸ ਨਾਲ ਚਿਕਨ, ਚਿਕਨ ਦਾ ਸੂਪ ਹੈ ਥੋੜ੍ਹਾ ਜਿਹਾ ਉੱਤੇ ਨਾਲ ਸਬਜ਼ੀਆਂ, ਦੇਖਣ 'ਚ ਤਾਂ ਮਜ਼ੇਦਾਰ ਲੱਗ ਰਿਹਾ, ਚਲੋ ਟਰਾਈ ਕਰਨੇ ਹਾਂ। ਆਹ ਬੀਬੀ ਨੇ ਮੈਨੂੰ ਰਿਕਮੈਂਡ ਕੀਤਾ, ਬਾਕੀ ਮੈਂ ਉਹਦੇ ਕੋਲੋਂ ਪਹਿਲੇ ਪੁੱਛ ਲਿਆ ਸੀ ਕਿ ਮੈਂ ਵੀਡੀਓ ਬਣਾਉਣ ਲੱਗਾ, ਉਹਨੇ ਕਿਹਾ ਠੀਕ ਹੈ ਬਣਾ ਲਓ। ਹੁਣ ਖਾਣਾ ਖਾ ਲਵਾਂ, ਖਾਣਾ ਵਾਕਈ ਬਹੁਤ ਮਜ਼ੇਦਾਰ। ਅੱਜ ਦਾ ਦਿਨ ਹੋ ਗਿਆ ਪੂਰਾ, ਕਾਫੀ ਥਕਾਨ ਹੋ ਗਈ ਮੈਨੂੰ, ਕਾਫੀ ਦੇਰ ਚੱਲਦਾ ਰਿਹਾ ਮੈਂ, ਨਾਲ ਵੀਡੀਓ ਵੀ ਬਣਾਉਂਦਾ ਰਿਹਾ, ਅਤੇ ਹੁਣ ਕਮਰੇ ਚੱਲ ਕੇ ਨਹਾਉਂਦੇ ਹਾਂ, ਨਹਾ ਧੋ ਕੇ ਅਤੇ ਲੰਮਿਆਂ ਪੈਂਦੇ ਹਾਂ।